ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਜੀ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਸੰਗਤਾਂ ਨੂੰ ਵਧਾਈਆਂ ਦੇਣਗੇ। ਪੰਜਾਬ ਦੇ ਰਾਜਪਾਲ ਸ਼੍ਰੀ ਬੀ ਪੀ ਸਿੰਘ ਬਦਨੌਰ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ, ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀ ਅਸ਼ੋਕ ਗਹਿਲੋਤ ਜੀ, ਹੋਰ ਉੱਘੀਆਂ ਹਸਤੀਆਂ, ਭੈਣੋ ਅਤੇ ਭਰਾਵੇ, ਸਤਿ ਸ਼੍ਰੀ ਅਕਾਲ। ਅੱਜ ਕਾਤਕ ਕੀ ਪੂਰਨਮਾਸੀ ਕੇ ਪਵਿੱਤਰ ਦਿਨ ਗੁਰੂ ਨਾਨਕ ਦੇਵ ਜੀ ਕੇ 550ਵੇਂ ਪ੍ਰਕਾਸ਼ ਪਰਬ ਮਨਾ ਰਹੇ ਸਭੀ ਦੇਸ਼ਵਾਸੀਓ ਔਰ ਦੁਨੀਆ ਭਰ ਮੇਂ ਰਹਿ ਰਹੇ ਅੰਨ ਭਾਰਤ ਕੇ ਲੋਗੋਂ ਕੋ ਮੇਰੀ ਹਾਰਦਿਕ ਵਧਾਈ, ਸ਼ੁਭਕਾਮਨਾਏ ਔਰ ਲੱਖ ਲੱਖ ਵਧਾਈਆਂ। ਗੁਰੂ ਨਾਨਕ ਦੇਵ ਜੀ ਕਾ ਜੀਵਨ ਔਰ ਸਿੱਖਿਆਏ ਸੰਪੂਰਨ ਮਾਨਵਤਾ ਕੇ ਲੀਏ ਪ੍ਰੇਮ, ਕਰੁਣਾ, ਸਮਤਾ ਔਰ ਭਾਈਚਾਰੇ ਕਾ ਆਦਰਸ਼ ਪ੍ਰਸਤੁਤ ਕਰਤੀ। ਆਪਣੀ ਸਰਲ ਔਰ ਸਰਸ ਬਾਣੀ ਮੇਂ ਉਨ੍ਹਾਂਨੇ ਗਿਆਨ ਕਾ ਪ੍ਰਕਾਸ਼ ਫੈਲਾਇਆ ਔਰ ਊਂਚ ਨੀਚ, ਜਾਤ ਪਾਤ ਕੀ ਭਾਵਨਾ ਤਥਾ ਕਰਮ ਕਾਂਡ ਸੇ ਦੂਰ ਹਟਕਰ ਸਰਬਤ ਦਾ ਭਲਾ ਕਾ ਸੰਦੇਸ਼ ਦਿਆ। 15ਵੀਂ ਸਦੀ ਕੇ ਦੌਰਾਨ ਭਾਰਤ ਮੇਂ ਜਾਤ ਪਾਤ ਔਰ ਊਂਚ ਨੀਚ ਕੀ ਕੁਰੀਤੀਆਂ ਫੈਲੀ ਹੋਈ ਥੀ, ਅਗਿਆਨ ਕਾ ਅੰਧਕਾਰ ਫੈਲਾ ਹੁਆ ਥਾ। ਐਸੇ ਕਠਿਨ ਸਮੇਂ ਮੇਂ ਤਲਵੰਡੀ ਸਾਹਿਬ ਕੇ ਪਾਸ ਰਾਏ ਭੋਈ ਮੇਂ ਇੱਕ ਤੇਜਸਵੀ ਬਾਲਕ ਕਾ ਉਦੈ ਹੁਆ। ਸਤਿਗੁਰੂ ਨਾਨਕ ਪ੍ਰਕਟਿਆ, ਮਿੱਟੀ ਧੁੰਦ ਜਗ ਚਾਨਣ ਹੋਇਆ। ਗੁਰੂ ਨਾਨਕ ਦੇਵ ਜੀ ਹਮ ਸਭੀ ਕੇ ਦਿਲੋਂ ਮੇਂ ਬਸਤੇ ਹੈ, ਵੇ ਹਮਾਰੀ ਸਾਜੀ ਧਰੋਹਰ ਹੈ, ਵੇ ਪੂਰੀ ਮਾਨਵਤਾ ਕੇ ਕਲਿਆਣ ਕਾ ਮਾਰਗ ਦਿਖਾਨੇ ਵਾਲੀ ਵਿਭੂਤੀ ਹੈ। ਉਹਨਾਂ ਸਤ ਸੰਤੋਸ਼, ਦਇਆ, ਨਿਮਰਤ ਔਰ ਪਿਆਰ ਪਰ ਆਧਾਰਿਤ ਇੱਕ ਐਸਾ ਸਮਾਜ ਬਣਾਉਣ ਕੇ ਪ੍ਰਯਾਸ ਕੀਏ ਜਿਸ ਮੇਂ ਸਭੀ ਬਰਾਬਰ ਹੋ। ਗੁਰੂ ਨਾਨਕ ਦੇਵ ਜੀ ਨੇ ਮਾਨਵਤਾ ਕੋ ਨਾਮ ਜਪੋ, ਕਿਰਤ ਕਰੋ, ਵੰਡ ਛਕੋ ਕਾ ਮਹਾਮੰਤਰ ਦਿਆ, ਜਿਸ ਕਾ ਅਰਥ ਹਮ ਸਭ ਲੋਕ ਜਾਣਤੇ ਹੈ। ਈਸ਼ਵਰ ਕਾ ਨਾਮ ਜਪੋ, ਇਮਾਨਦਾਰੀ ਔਰ ਮਿਹਨਤ ਸੇ ਆਪਣਾ ਕਾਮ ਕਰੋ ਔਰ ਜੋ ਕੁਛ ਵੀ ਕਮਾਈ ਕਰੋ ਉਸੇ ਲੋਗੋ ਕੇ ਸਾਥ ਮਿਲ ਬਾਂਟ ਕਰ ਛਕੋ। ਅਬ ਯੇ ਹਮ ਸਭ ਕੀ ਜ਼ਿੰਮੇਦਾਰੀ ਹੈ ਕਿ ਆਪਣੇ ਜੀਵਨ ਮੇਂ ਇਨ ਆਦਰਸ਼ੋ ਕੋ ਢਾਲ ਕਰ ਸਮਾਜ ਕੀ ਵਿਸ਼ਮਤਾਏ ਦੂਰ ਕਰਨੇ ਮੇਂ ਜੁਟ ਜਾਏ। ਮੈਂ ਇੱਕ ਵਾਰ ਫਿਰ ਆਪ ਸਭਕੋ ਗੁਰੂਪੁਰਬ ਕੀ ਹਾਰਦਿਕ ਵਧਾਈਆਂ ਔਰ ਸ਼ੁਭਕਾਮਨਾਏ ਦੇਖਤਾ ਹੂੰ। ਮੁੱਖ ਮੰਤਰੀ ਜੀ ਨੇ ਮੁਝੇ ਇਸ ਕਾਰਜਕ੍ਰਮ ਮੇਂ ਆਮੰਤ੍ਰਿਤ ਕੀਆ, ਮੈਂ ਉਸਕੇ ਲੀਏ ਉਨਕੋ ਵੀ ਬਹੁਤ ਬਹੁਤ ਧੰਨਵਾਦ ਦੇਤਾ ਹੂੰ। ਵਾਹਿਗੁਰੂ ਦਾ ਖਾਲਸਾ, ਵਾਹਿਗੁਰੂ ਜੀ ਫਤਿਹ, ਧੰਨਵਾਦ, ਜੈ ਹਿੰਦ। ਸਾਡੇ ਦੇਸ਼ ਦੇ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਜੀ ਨੇ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ 'ਤੇ ਅਮਲ ਕਰਨ ਦਾ ਕਿਹਾ। ਹੁਣ ਇਸ ਸ਼ੁਭ ਅਵਸਰ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ, ਜਿਨ੍ਹਾਂ ਦੇ ਪੁਰਖਿਆਂ ਨੂੰ ਗੁਰੂ ਸਾਹਿਬ ਨੇ 13 ਘਰ ਮੇਰਾ ਸਹਿਜ ਦਾ ਵਰਦਾਨ ਦਿੱਤਾ, ਰਾਸ਼ਟਰਪਤੀ ਜੀ ਨੂੰ ਸਨਮਾਨਿਤ ਕਰਨ ਜਾ ਰਹੇ ਹਨ। ਸ਼੍ਰੀ ਸਾਹਿਬ ਯਾਦਗਾਰੀ ਸਿੱਕੇ ਦੇ ਕਿਤਾਬਾਂ ਦਾ ਸੈੱਟ ਤੇ ਨਾਲ ਹੀ ਉਹਨਾਂ ਦੇ ਧਰਮ ਪਤਨੀ ਦੇਸ਼ ਦੀ ਪ੍ਰਥਮ ਮਹਿਲਾ ਸ਼੍ਰੀਮਤੀ ਸਾਬਿਤਾ ਕੋਵਿੰਦ ਜੀ ਨੂੰ ਵੀ ਮੁੱਖ ਮੰਤਰੀ ਜੀ ਸਨਮਾਨਿਤ ਕਰਨਗੇ ਤੇ ਮੈਂਬਰ ਪਾਰਲੀਮੈਂਟ ਸ਼੍ਰੀਮਤੀ ਪ੍ਰਨੀਤ ਕੌਰ ਜੀ ਨੂੰ ਬੇਨਤੀ ਹੈ ਵੀ ਰਾਸ਼ਟਰਪਤੀ ਜੀ ਦੀ ਧਰਮ ਪਤਨੀ ਨੂੰ ਸਨਮਾਨਿਤ ਕਰਨ ਮੌਕੇ ਉਹ ਨਾਲ ਜਾਣ। ਅਤੇ ਨਾਲ ਹੀ ਪੰਜਾਬ ਦੇ ਰਾਜਪਾਲ ਸ਼੍ਰੀ ਬੀ ਪੀ ਸਿੰਘ ਬਦਨੌਰ ਜੀ ਨੂੰ ਵੀ ਇਸ ਪਵਿੱਤਰ ਦਿਹਾੜੇ 'ਤੇ ਸਨਮਾਨਿਤ ਕੀਤਾ ਜਾਣਾ। ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀ ਅਸ਼ੋਕ ਗਹਿਲੋਤ ਜੀ ਨੂੰ ਵੀ ਇਸ ਪਵਿੱਤਰ ਦਿਹਾੜੇ 'ਤੇ ਮੁੱਖ ਮੰਤਰੀ ਜੀ ਸਨਮਾਨਿਤ ਕਰ ਰਹੇ ਹਨ।
ਪਹਿਲੀ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਤੇ ਬਾਬੇ ਨਾਨਕ ਦੀ ਇਸ ਪਵਿੱਤਰ ਧਰਤੀ ਜਿੱਥੇ ਬਾਬੇ ਨਾਨਕ ਨੇ 14 ਸਾਲ 9 ਮਹੀਨੇ 13 ਦਿਨ ਇੱਥੇ ਗੁਜ਼ਾਰੇ ਨੇ ਅੱਜ ਵੱਡੀ ਗਿਣਤੀ ਵਿੱਚ ਸੰਗਤਾਂ ਇਸ ਧਰਤੀ ਨੂੰ ਨਤਮਸਤਕ ਹੋਣ ਲਈ ਆਈਆਂ ਨੇ ਤੇ ਮੁੱਖ ਮੰਤਰੀ ਜੀ ਰਾਸ਼ਟਰਪਤੀ ਜੀ ਸ੍ਰੀ ਰਾਮਨਾਥ ਕੋਵਿੰਦ ਜੀ ਦੇਸ਼ ਦੀ ਪ੍ਰਥਮ ਮਹਿਲਾ ਸ਼੍ਰੀਮਤੀ ਸਾਵਿਤਾ ਕੋਵਿੰਦ ਜੀ ਪੰਜਾਬ ਦੇ ਰਾਜਪਾਲ ਸ੍ਰੀ ਬੀਪੀ ਸਿੰਘ ਬਦਨੌਰ ਜੀ ਤੇ ਰਾਜਸਥਾਨ ਦੇ ਮੁੱਖ ਮੰਤਰੀ ਸ੍ਰੀ ਅਸ਼ੋਕ ਗਹਿਲੋਤ ਜੀ ਨੂੰ ਸਨਮਾਨਿਤ ਕਰ ਰਹੇ ਹਨ ਉਹਨਾਂ ਨੂੰ ਸ੍ਰੀ ਸਾਹਿਬ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਆਧਾਰਿਤ ਕਿਤਾਬਾਂ ਦਾ ਸੈੱਟ ਅਤੇ ਯਾਦਗਾਰੀ ਸਿੱਕੇ ਜੋ ਪੰਜਾਬ ਸਰਕਾਰ ਨੇ ਜਾਰੀ ਕੀਤੇ ਨੇ ਉਹ ਇਸ ਪਵਿੱਤਰ ਅਵਸਰ 'ਤੇ ਭੇਟ ਕੀਤੇ ਜਾ ਰਹੇ ਹਨ ਅੱਜ ਬਹੁਤ ਭਾਗਾਂ ਵਾਲਾ ਦਿਨ ਹੈ ਕਿ ਮਨੁੱਖਤਾ ਦੇ ਰਹਿਬਰ ਹੁਣ ਸਾਡੇ ਕੈਬਨਿਟ ਮੰਤਰੀ ਸਰ ਚਰਨਜੀਤ ਚੰਨੀ ਜੀ ਧੰਨਵਾਦੀ ਸ਼ਬਦ ਕਹਿਣਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ 550ਵਾਂ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਮਨਾ ਰਹੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਵਾਸਤੇ ਬੜੇ ਮਾਣ ਦੀ ਗੱਲ ਹੈ ਕਿ ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਜੀ ਅੱਜ ਖਾਸ ਤੌਰ 'ਤੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਸ਼ਾਮਿਲ ਹੋਏ ਹੈ ਮੈਂ ਪੂਰੀ ਸੰਗਤ ਵੱਲੋਂ ਮੁੱਖ ਮੰਤਰੀ ਜੀ ਪੰਜਾਬ ਵੱਲੋਂ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਸਾਰੀ ਪੰਜਾਬ ਸਰਕਾਰ ਅਤੇ ਸੰਤ ਸਮਾਜ ਵੱਲੋਂ ਉਹਨਾਂ ਦਾ ਇੱਥੇ ਆਉਣ 'ਤੇ ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਨੇ ਅਪਾਰ ਕਿਰਪਾ ਕੀਤੀ ਹੈ ਕਿ ਸੰਗਤ ਨੂੰ ਦਰਸ਼ਨ ਦੇ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਮੈਂ ਇੱਕ ਵਾਰ ਫਿਰ ਮਾਨਯੋਗ ਰਾਸ਼ਟਰਪਤੀ ਜੀ ਦਾ ਗਵਰਨਰ ਸਾਹਿਬ ਦਾ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਸ੍ਰੀ ਅਸ਼ੋਕ ਗਹਿਲੋਤ ਜੀ ਅਤੇ ਮਹਾਰਾਣੀ ਪ੍ਰਨੀਤ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਆ ਕੇ ਇਸ ਪ੍ਰੋਗਰਾਮ ਨੂੰ ਚਾਰ ਚੰਦ ਲਾਏ ਹੈ ਸਾਰਿਆਂ ਦਾ ਅਜੇ ਪ੍ਰੋਗਰਾਮ ਹੋਰ ਚੱਲਣਾ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਕਿ ਇਸੇ ਤਰ੍ਹਾਂ ਪ੍ਰੋਗਰਾਮ ਦਾ ਆਨੰਦ ਮਾਣਦੇ ਰਹਿਣ ਅਤੇ ਗੁਰੂ ਘਰ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਡੀ ਕਮਾਈ